जिन्ना चर ना लीडरशिप की रली भुगत तो बगैर कुछ नहीं होंदा। जे उन्होंने ने सरकार चंगी होवे किसानां दी हमदर्द होवे ते एक मिनट का काम है किसानां दे सारे मसले हल हो सकते। सानू 22 रुपये साडा रेट आंदे ने इहदे विच क्वालिटियां ने, क्वालिटियां तो कणक विच भी ने, कणक का भी एम एस पी रखिया कि ना 16-17। हुण जे चलो ठीक मानदे ने वी साडे किन्नू दी क्वालिटी आ, क्वालिटी दे तीन ए बी सी ग्रेड रख लैण, सी ग्रेड साडी गोली रख लैण, बी ग्रेड साडा विचकार वाला रख लैण, ए ग्रेड साडा टॉप माल रख लैण, टॉप माल दा रेट दे देण, विचकार वाला तीन रेट दे देण, सानू असीं खुश हां। नमस्कार दोस्तों, उद्यान एक्सप्रेस में आप सभी का स्वागत है। मार्केट कमेटी के सचिव सलोद बिश्नोई और एसडीएम जसपाल सिंह ब्राड़ भी मौके पर पहुंच गए और किसानों से बातचीत शुरू कर दी, लेकिन समाचार प्रकाशित होने तक किसानों और प्रशासन के बीच में कोई भी बातचीत सफल नहीं हुई थी। आज शाम 4 बजे किसानों ने किन्नू मंडी के बाहर धरना लगा दिया और प्रशासन और सरकार से किन्नू की MSP निर्धारित करने की मांग की। किसानों ने कहा कि उनका धरना तब तक जारी रहेगा जब तक उनकी मांग को मान नहीं लिया जाता। किसानों की मांग है कि उनके किन्नू की कम से कम 20 रुपये रेट निर्धारित किया जाए ताकि किसानों को अपनी फसल का उचित मूल्य मिल सके। इस मौके पर किसानों ने विरोध प्रदर्शन करने के लिए किन्नू भी सड़क पर फेंके। किसानों की उनका संघर्ष तब तक जारी रहेगा जब उनकी मांगों को मान नहीं लिया जाता। उधर SDM जसपाल सिंह ब्राड़ ने किसानों को समझाने की कोशिश की कि किन्नू का MSP निर्धारित होना मुश्किल है क्योंकि किन्नू के बीच में वैरायटी होती है, लेकिन किसानों ने कहा कि जिस तरह गेहूं में वैरायटी होने के बाद उसका MSP निर्धारित किया जाता है वैसे ही किन्नू की जानी चाहिए। ਸਾਡੇ ਅਬੋਹਰ ਦਾ 33,000 ਹੈਕਟੇਅਰ ਜਿਹੜਾ ਕਿੰਨੂ ਸਾਡਾ ਅਬੋਹਰ ਦਾ ਇਲਾਕਾ ਪੈਦਾ ਕਰਦਾ, ਜਿਹਦੀ ਫਸਲ 10-12,000 ਕਰੋੜ ਰੁਪਈਆ ਮਤਲਬ ਕਿ ਅਸੀਂ ਪੈਦਾਵਾਰ ਕਰਦੇ ਹਾਂ, ਪਰ ਇਹਦੇ ਵਿੱਚ ਸਾਨੂੰ ਜੋ ਸਹਿਯੋਗ ਹੈ ਮਾਰਕੀਟ ਕਮੇਟੀ ਅਬੋਹਰ, ਜੋ ਸਾਨੂੰ ਖਦਸ਼ੇ ਨੇ ਵੀ ਜੋ ਅਬੋਹਰ ਮੰਡੀ ਬਣਾਈ ਗਈ ਹੈ ਇੱਥੇ ਬਹੁਤ ਮਨੋਪਲੀ ਹੈ ਵਪਾਰੀਆਂ ਦੀ, ਇਹ ਆਪਦੇ ਫੈਸਲੇ ਕਰ ਲੈਂਦੇ ਆ ਜਿਹੜੇ ਕਿ ਜਿਹਦੇ ਨਾਲ ਸ਼ਾਮ ਨੂੰ ਜਿਹੜਾ ਵਿਚਾਰਾ ਛੋਟਾ ਜ਼ਿਮੀਂਦਾਰ ਆ ਜਿਹੜਾ ਥੋੜ੍ਹਾ ਜਿਹਾ ਦਬਾਓ ਜ਼ਿਮੀਂਦਾਰ ਆ ਉਹਨੂੰ ਇਹ ਲੁੱਟ ਲੈਂਦੇ ਆ। ਉਹ ਜਿਹੜੇ 6 ਰੁਪਏ 7 ਰੁਪਏ 8 ਰੁਪਏ ਕਿਲੋ ਜੋ ਵੀ ਇਹਨਾਂ ਫੈਸਲਾ ਹੁੰਦਾ ਉਹ ਸ਼ਾਮ ਨੂੰ ਇਲਾਕੇ ਦੇ ਜਿੰਨਾ ਵੀ ਬਾਗਬਾਨ ਹੈ ਉਹਦੇ 'ਤੇ ਲਾਗੂ ਹੋ ਜਾਂਦਾ ਵੀ ਆ ਕੱਲ੍ਹ ਤਾਂ ਮੰਡੀ ਆਹ ਰੇਟ ਵਿਕਿਆ ਸੀ ਸਾਡਾ ਰੇਟ ਆਹ ਹੈ। ਮੈਂ ਤੁਹਾਡੇ ਨਾਲ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਜਦੋਂ ਮੰਡੀ ਬੰਦ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਜੇ ਸਾਡੇ ਜ਼ਿਮੀਂਦਾਰ ਭਰਾਵਾਂ ਦੀ ਗੱਲ ਸੁਣਦੇ ਹੋਏ ਕੁਛ ਸਮੇਂ ਵਾਸਤੇ ਸਾਡੇ ਜ਼ਿਮੀਂਦਾਰਾਂ ਦਾ ਕਹਿਣਾ ਵੀ ਮੰਡੀ ਕਰਕੇ ਸਾਡੇ ਖੇਤ 'ਤੇ ਵਪਾਰੀ ਨਹੀਂ ਆਉਂਦਾ, ਅਤੇ ਸਰਕਾਰ ਨੂੰ ਚਾਹੀਦਾ ਵੀ ਮੰਡੀ ਕੁਛ ਟਾਈਮ ਲਈ ਬੰਦ ਕਰਕੇ ਸਾਡੇ ਖਦਸ਼ੇ ਦੂਰ ਕਰਨੇ ਚਾਹੀਦੇ ਆ ਵੀ ਤਾਂ ਕਿ ਸਾਡੀ ਗੱਲ ਕਲੀਅਰ ਹੋ ਜਾਵੇ ਵੀ ਕਿਤੇ ਮੰਡੀ ਤਾਂ ਉਹਦਾ ਰੋੜਾ ਨਹੀਂ ਰੜ ਰਹੀ। ਸਾਨੂੰ ਜੋ ਧਰਨਾ ਹੈ ਅੱਜ ਅਸੀਂ ਕਿੰਨੂ ਮੰਡੀ ਅਬੋਹਰ ਦੇ ਵਿੱਚ ਲਾ ਰਹੇ ਹਾਂ, ਇਹ ਸਾਨੂੰ ਮਜਬੂਰਨ ਤੌਰ 'ਤੇ ਇਹ ਕਦਮ ਸਾਨੂੰ ਜਿਹੜਾ ਹੈ ਚੁੱਕਣਾ ਪਿਆ ਹੈ ਜੋ ਅਬੋਹਰ ਦੇ ਆੜ੍ਹਤੀਆਂ ਵਰਗੇ ਕਿੰਨੂ ਮੰਡੀ ਦਾ ਜਾਂ ਜੋ ਇੱਥੇ ਵਪਾਰੀ ਹੈ ਇਹਨਾਂ ਦੀਆਂ ਮਨਮਾਨੀਆਂ ਤੋਂ ਅਸੀਂ ਦੁਖੀ ਹੋ ਕੇ ਇਹ ਧਰਨਾ ਲਗਾ ਰਹੇ ਹਾਂ। ਕੋਈ ਸਾਡੀ ਇਹਨਾਂ ਨਾਲ ਨਿੱਜੀ ਦੁਸ਼ਮਣੀ ਜਾਂ ਕੋਈ ਨਿੱਜੀ ਲੜਾਈ ਨਹੀਂ ਹੈਗੀ। ਤੁਸੀਂ ਦੇਖੋ ਜੀ, ਇਹ ਸਾਡਾ ਕਿੰਨੂ 5 ਰੁਪਏ ਲੈ ਕੇ 2 ਰੁਪਏ ਐਕਸਪੋਰਟ ਖਰਚਾ ਆਉਂਦਾ ਜੀ, ਉਹਦੇ 'ਤੇ 1 ਰੁਪਏ ਜਾਂ 1.5 ਰੁਪਏ ਕਿਲੋ ਲਿਫਟਿੰਗ ਦਾ ਖਰਚਾ ਜੋ ਆਉਂਦਾ ਹੈ, ਮੰਨ ਲਓ ਇਹਨਾਂ ਨੂੰ 10 ਰੁਪਏ ਪੈਂਦਾ ਹੈ। ਬਾਹਰ ਦੀਆਂ ਮੰਡੀਆਂ 'ਚ ਅਸੀਂ ਟੈਲੀਫੋਨ 'ਤੇ ਗੱਲ ਕੀਤੀ, ਮੱਧ ਪ੍ਰਦੇਸ਼, UP, ਇੰਦੌਰ, ਉਧਰ ਉਸ ਸਾਈਡ ਜੋ ਕਿੰਨੂ ਹੈ ਸਾਡਾ 30 ਰੁਪਏ ਤੋਂ ਲੈ ਕੇ 45 ਰੁਪਏ ਤੱਕ ਵੇਚ ਰਿਹਾ। ਤੁਸੀਂ ਇੱਕ ਆਪ ਜ਼ਿਮੀਂਦਾਰ ਘਰਾਣਿਆਂ ਨਾਲ ਸੰਬੰਧਿਤ ਹੋ ਭਰਾ ਜੀ, ਤੁਸੀਂ ਵੇਖੋ ਵੀ ਕਿਹੜੀ ਚੀਜ਼ ਦੇ ਵਿੱਚ ਮੰਨ ਲਓ 250-300% ਕਮਾਈ ਆ। ਸੀਗੇ ਚੋਰੀ ਕਰਕੇ ਸਾਡਾ ਉਹ ਜਿਹੜਾ ਡਿੱਕਾ ਕਿੰਨੂ ਸੀ ਉਹ ਬੂਟਿਆਂ ਦਾ ਵੀ ਤੋੜ ਲੈਂਦੇ ਸੀ, ਉਹ ਉਹਦੀ ਇੱਥੇ ਆਉਣ ਕਰਕੇ ਜਿੰਨਾ ਸਾਨੂੰ ਫਾਇਦਾ ਹੁੰਦਾ ਸੀ ਸਮਝ ਲਓ ਕਿੱਲੇ ਦੇ ਵਿੱਚੋਂ 1,000 ਰੁਪਈਏ ਦੀ ਸਾਡੀ ਉਹ ਕੇਅਰ ਹੁੰਦੀ ਸੀ, ਉਦੋਂ ਜ਼ਿਆਦਾ ਸਾਡੀ ਉਹ ਕੇਅਰ ਜਿਹੜੀ ਚੋਰੀ ਹੋ ਜਾਂਦੀ ਸੀ ਉੱਤੋਂ, ਕਿਉਂਕਿ ਉਹ ਪੈਸਾ ਪਾਸੇ ਦਿੰਦੇ ਸਿੱਧੀ ਖਰੀਦਦੇ ਸੀ, ਇੱਥੇ ਮੰਡੀ 'ਚ ਆਉਂਦੀ ਨਹੀਂ, ਰੇਕ ਬੰਦਾ ਖਰੀਦ ਸਕਦਾ ਸੀ, ਉਹਨੂੰ ਰੇਕ ਬੰਦਾ ਤੋੜਦਾ ਰੇਕ ਤੋਂ ਵੇਚਦੇ। ਉਹਨਾਂ ਨੇ ਪਿੰਡਾਂ ਦੇ ਵਿੱਚ ਇੱਕ ਹੱਟੀਆਂ ਬਣਾ ਲਈਆਂ ਸੀਗੀਆਂ ਜਿੰਦਾ ਉਹ ਇਸ ਜਾਣੀ ਕਿ ਆਪਣੀ ਮੰਡੀ ਦਾ 1,00,000 ਰੁਪਈਏ 1,00,000 ਰੁਪਈਏ ਲੈ ਕੇ ਭੱਜ ਵੀ ਗਏ ਨੇ, ਇੰਨਾ ਵੱਡੇ ਮਾਰਜਨ 'ਤੇ ਉਹਨੇ ਕੰਮ ਕੀਤਾ। ਇਹ ਜੇ ਕੰਪਨੀਆਂ ਵੀ ਗਲਤੀ ਕਰਦੀਆਂ ਤਾਂ ਅੱਜ ਜਿਹੜੀ ਆ ਮੰਡੀ ਵੀ ਉਹਨਾਂ ਨੇ ਲੁੱਟਦਾ।